तो संगत जी, अगला जिहड़ा सवाल है वो है गुरमत्ता की हुंदा। देखो, सिख मत विच एक बहुत वधिया गल जिहड़ी गुरु महाराज सच्चे पातशाह ने कीती है कि इत्थे सारा माण सारा अधिकार संगत नूं दित्ता है। इत्थों तक कि जिस वेले कलगीधर पातशाह जी ने गुरु ग्रंथ साहिब जी नूं जिस वेले गुरता गद्दी सौंपी है तां उस वेले भी किया कि मेरी आत्मा ग्रंथ विच ते मेरा शरीर पंथ विच। ਭਾਵੇਂ ਕਿ ਸੰਗਤ ਨੂੰ ਇੰਨਾ ਮਹੱਤਤਾ ਹੈ ਕਿ ਔਰ ਗੁਰਬਾਣੀ ਵਿੱਚ ਆਉਂਦਾ ਵਿੱਚ ਸੰਗਤ ਹਰ ਪ੍ਰਵਸੇ ਜੀ, ਸੰਗਤ ਦਾ ਸਭ ਤੋਂ ਉੱਤਮ ਸਥਾਨ ਹੈ। ਤੋ ਇਸੇ ਤਰ੍ਹਾਂ ਜਿਸ ਵੇਲੇ ਰਹਿਤ ਮਰਿਆਦਾ ਜਿਹੜੀ ਹੈ ਉਹ ਫਾਈਨਲ ਕੀਤੀ ਗਈ, ਬਣਾਈ ਗਈ, ਤਾਂ ਉਹਦੇ 'ਚ ਵੀ ਸੀਗਾ ਕਿ ਗੁਰਮਤਾ ਕੀਤਾ ਜਾਏ। ਭਾਵੇਂ ਜੇ ਕੋਈ ਫੈਸਲੇ ਪੰਥਕ ਫੈਸਲੇ ਲੈਣੇ ਹੋਣ ਉਹ ਇੱਕ ਜਾਂ ਦੋ ਬੰਦੇ ਜਾਂ ਚਾਰ ਬੰਦੇ ਨਹੀਂ ਲੈ ਸਕਦੇ, ਬਲਕਿ ਇਹ ਕੁਲੈਕਟਿਵ ਫੈਸਲਾ ਸੰਗਤ ਦਾ ਹੋਣਾ ਚਾਹੀਦਾ। ਤੋ ਕੁਸ਼ਚਨ ਕਰਤਾ ਨੇ ਪੁੱਛਿਆ ਵੀ ਗੁਰਮਤਾ ਕੀ ਹੁੰਦਾ। ਮੈਂ ਵੀਰ ਤਜਿੰਦਰ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਇਹਦੇ ਬਾਰੇ ਸਾਨੂੰ ਪੂਰੀ ਤਰ੍ਹਾਂ ਦਾ ਵਿਚਾਰ ਦੱਸੋ ਕਿ ਗੁਰਮਤਾ ਕੀ ਹੁੰਦਾ। ਸਰ ਤਜਿੰਦਰ ਸਿੰਘ, ਹਾਂਜੀ ਵੀਰ ਤਜਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੋ ਵੀਰ ਜੀ ਨੇ ਸਵਾਲ ਪੁੱਛਿਆ ਹੈ, ਗੁਰਮਤਾ ਇਹਦੀ ਸਿੱਖ ਧਰਮ ਦੇ ਅੰਦਰ ਬਹੁਤ ਮਹਾਨਤਾ ਹੈ ਕਿਉਂਕਿ ਇਹਦੇ ਨਾਲ ਗੁਰੂ ਔਰ ਜਿਹੜਾ ਗੁਰੂ ਦਾ ਹੁਕਮ ਔਰ ਫੈਸਲਾ ਇਹ ਜੁੜਿਆ ਹੋਇਆ ਹੈ। ਜਿਵੇਂ ਵੀਰ ਜੀ ਨੇ ਬੈਕਗ੍ਰਾਉਂਡ ਵਿੱਚ ਦੱਸਿਆ ਹੈ, ਗੁਰੂ ਸਾਹਿਬ ਜੀ ਆਪਣੇ ਸਮੇਂ ਅੰਦਰ ਜੋ ਆਪਣੇ ਮੁਖਾਲਫਤ ਤੋਂ ਹੁਕਮ ਕਰਦੇ ਸਨ ਉਹੀ ਗੁਰੂ ਦਾ ਮਤਾ ਕਰਾਉਂਦਾ ਸੀ, ਉਹੀ ਗੁਰੂ ਦਾ ਫੈਸਲਾ ਕਰਾਉਂਦਾ ਸੀ। ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਮਿਲੀ ਔਰ ਖਾਲਸਾ ਪੰਥ ਨੂੰ ਜਿਹੜਾ ਹੈ ਉਹ ਗੁਰੂ ਸਾਹਿਬ ਦੇ ਸਰੀਰਕ ਫੰਕਸ਼ਨ ਜਿਹੜੇ ਹਨ ਉਹ ਕਰਨ ਦਾ ਆਦੇਸ਼ ਮਿਲਿਆ, ਆਤਮਾ ਗ੍ਰੰਥ ਤੇ ਸਰੀਰ ਪੰਥ, ਤਾਂ ਉਸ ਵਕਤ ਜੋ ਗੁਰਮਤਾ ਹੁੰਦਾ ਸੀ ਉਸਦਾ ਹੀ ਪੁੱਛਿਆ ਗਿਆ ਕਿ ਉਹ ਗੁਰਮਤਾ ਕੀ। ਉਹ ਗੁਰਮਤਾ ਦਾ ਅਖਰੀ ਅਰਥ ਹੈ ਗੁਰੂ ਦਾ ਹੁਕਮ, ਮਤਾ ਦਾ ਭਾਵ ਹੈ ਆਦੇਸ਼ ਫੈਸਲਾ। ਉਹ ਆਰੰਭ ਵਿੱਚ ਗੁਰੂ ਗੋਬਿੰਦ ਸਿੰਘ ਜੀ ਸਮੇਂ ਤੱਕ ਗੁਰਮਤੇ ਦਾ ਅਰਥ ਇਸ ਪ੍ਰਕਾਰ ਲਿਆ ਜਾਂਦਾ ਸੀ ਕਿ ਉਹ ਫਰਮਾਨ ਜਿਸ ਵਿੱਚ ਗੁਰੂ ਸਾਹਿਬ ਦਾ ਹੁਕਮ ਆਦੇਸ਼ ਹੋਵੇ। ਆਰੰਭ ਤੋਂ ਹੀ ਸਾਰੇ ਗੁਰੂ ਸਾਹਿਬਾਨ ਇਸ ਗੱਲ ਤੇ ਜ਼ੋਰ ਦਿੰਦੇ ਰਹੇ ਕਿ ਭਾਵੇਂ ਉਹਨਾਂ ਦਾ ਸਰੀਰ ਅਲੱਗ ਅਲੱਗ ਹੈ ਪਰ ਉਹਨਾਂ ਦੀ ਅੰਦਰਲੀ ਜੋਤ ਇੱਕੋ ਹੀ ਹੈ। ਜੋਤ ਹੋਆ ਜੁਗਤ ਸਾ ਸਹਿ ਕਾਇਆ ਫੇਰ ਲਟੀਏ, ਸੱਤਾ ਬਲਵਾਨ ਜੀ ਨੇ ਰਾਮਕਲੀ ਕੀ ਵਾਰ ਦੇ ਵਿੱਚ ਸਪਸ਼ਟ ਕੀਤਾ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ ਤਾਂ ਉਹਨਾਂ ਨੇ ਗੁਰੂ ਗੱਦੀ, ਗੁਰੂ ਪ੍ਰੰਥ ਤੇ ਗੁਰੂ ਗ੍ਰੰਥ ਨੂੰ ਸੌਂਪ ਦਿੱਤੀ। ਆਤਮਾ ਗ੍ਰੰਥ ਸਰੀਰ ਪੰਥ, ਗੁਰੂ ਗ੍ਰੰਥ ਸਾਹਿਬ ਗੁਰੂ ਦੀ ਜਿਹਦੀ ਜੋਤ ਹੈ, ਪੰਥ ਗੁਰੂ ਦਾ ਸਰੀਰ ਹੈ। ਇਸ ਤੋਂ ਗੁਰਮਤਾ ਦਾ ਅਰਥ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੁਰੂ ਪੰਥ ਦਾ ਫੈਸਲਾ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਦੇ ਅਨੁਕੂਲ ਹੋਵੇ ਉਸਨੂੰ ਗੁਰਮਤਾ ਕਿਹਾ ਜਾਂਦਾ। ਥੋੜਾ ਅੱਗੇ ਹੋਰ ਦੇਖੀਏ ਕਿ ਗੁਰੂ ਕਾਲ ਤੋਂ ਬਾਅਦ ਜਦੋਂ ਸੰਨ 1716 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਦੇ ਸਮੇਂ ਤੋਂ ਹੀ ਸਿੱਖਾਂ ਉੱਪਰ ਸੰਕਟ ਦਾ ਸਮਾਂ ਸ਼ੁਰੂ ਹੋ ਗਿਆ। ਸਿੱਖ ਸਮੇਂ ਸਮੇਂ ਮੁਗਲਾਂ ਤੇ ਅਫਗਾਨਾਂ ਦੇ ਟਾਕਰੇ ਲਈ ਵਿਉਂਤਾ ਘੜਨ ਦੀ ਰਣਨੀਤੀ ਤਿਆਰ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਇਕੱਠੇ ਹੁੰਦੇ ਸਨ। ਇਹ ਸਿੱਖੀ ਦੀ ਸਭ ਤੋਂ ਜਿਹੜੀ ਹਾਈਐਸਟ ਟੈਂਪੋਰਲ ਅਥਾਰਟੀ ਹੈ, ਰਾਜ ਸੱਤਾ ਦੀ ਜੋ ਵੀ ਨਿਰਣੇ ਹੁੰਦੇ ਹਨ ਉਹ ਅਕਾਲ ਤਖ਼ਤ ਸਾਹਿਬ ਤੋਂ ਹੁੰਦੇ ਸਨ, ਰਣਨੀਤੀ ਤਿਆਰ ਹੁੰਦੀ ਸੀ। ਇਸ ਇਕੱਠ ਨੂੰ ਸਰਬਤ ਖਾਲਸਾ ਦਾ ਨਾਂ ਦਿੱਤਾ ਜਾਂਦਾ ਸੀ। ਸਾਰੇ ਪੰਥਕ ਮਸਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੁੰਦੇ ਅਤੇ ਸਿੱਖ ਮਿਸਲਾਂ ਦੇ ਜਥੇਦਾਰ ਆਦਿ ਖੁੱਲੀ ਸੋਚ ਵਿਚਾਰ ਮਗਰੋਂ ਫੈਸਲੇ ਕਰਦੇ ਸਨ। ਸੋ ਇੱਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਸਾਰੇ ਸਿੱਖ ਜਿਹੜੇ ਮਿਸਲਾਂ ਦੇ ਜਥੇਦਾਰ ਸਨ, ਔਰ ਜੋ ਇੰਪੋਰਟੈਂਟ ਗੱਲ ਹੈ ਉਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਦੇ ਅੰਦਰ ਹੀ ਵਿਚਾਰਾਂ ਹੁੰਦੀਆਂ ਸਨ ਔਰ ਫੈਸਲੇ ਹੁੰਦੇ ਸਨ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਚੁਣੇ ਹੋਏ ਪੰਜ ਪਿਆਰੇ ਜਿਨ੍ਹਾਂ ਫੈਸਲਿਆਂ ਨੂੰ ਉਹ ਪ੍ਰਵਾਨਗੀ ਦਿੰਦੇ ਸਨ। ਇੱਥੇ ਇੱਕ ਹੋਰ ਗੱਲ ਸਪਸ਼ਟ ਕਰਨ ਵਾਲੀ ਹੈ ਕਿ ਪੰਜ ਪਿਆਰੇ ਕੋਈ ਪਰਮਾਨੈਂਟ ਜਿਹੜੀ ਹੈ ਉਹ ਅਥਾਰਟੀ ਨਹੀਂ ਹੈ।
उस वक्त ही मौके दे संगत दे विचों जो जीवन वाले जो पांच अमृतधारी सिंह हैं रैतवान सिंह हैं उन्हां चो चुने जाते हैं पांच जड़े के पांच प्यारे कहलाए जाते हैं। यही इन्हों का ही काम अमृत छकान का है और इन्हों का ही काम जड़ा होता है वो पंथ के फैसले लैन लग्या उन्होंने प्रवानगी देना होता है। तो सारा पंथ उस फैसले नू गुरमते नू गुरु के फैसले वजों प्रवान कर लैंदा सी और कर लेना चाहिए। आओ हुण अगे देखिए कि मैलकम ने अपनी पुस्तक स्केच ऑफ द सिक्स विच गुरमते बारे लिखा है कि जदों भी सिख किसी गंभीर पंथक मसले उपर विचार करन लई पावन श्री अकाल तख्त साहिब उत्ते एकत्र हुंदे तां अपने व्यक्तिगत झगड़िया ते मतभेद खत्म कर दिंदे सन। बहुत वड्डी सेध है कि जिस वेले मिसलां दे सरदार जथेदार जी उन्हां दे सौ मतभेद हुंदे होणगे लेकिन जिस वेले उह सरबत खालसा दे रूप विच बैठदे सन तां उन्हां दे परसनल डिस्प्यूट्स या कोई डिफरेंसिस जिहड़े हुंदे सन उन्हूं बिल्कुल ही मन दे विचों दूर करके उस वक्त सरबत खालसा विच बैठदे सन। गुरमते संबंधी कीती जांदी विचार विच जाति मतभेद ते व्यक्तिगत विखरेवे ते कोई थां नहीं सी होंदी। पिता लई अपने व्यक्तिगत विखरेवे कुर्बान कर दिते जांदे सन। उन्हां दे मना विच केवल सिख राज दे संकल्प तो बिना होर कुछ नहीं सी हुंदा। पंथ दी चढ़दी कला ही उन्हां दे विचारां दा आधार हुंदी सी और फैसलिआं दा गुरमते दा वी आधार चढ़दी कला। हुक्मनामा लिया जांदा देख वरताई जांदी ते खालसा पंथ नूं जथेदार गुरमता दा शब्द सुणाउंदा जो पंजां प्यारिआं ने गुरु ग्रंथ साहिब दी हजूरी विच सरबत संगत दे रूप विच सरबत खालसा दे रूप विच विचार सुनन उपरंत निर्णा लिया हुंदा सी। हुण आओ इहदे नाल इक होर चीज़ बड़ी जरूरी है कि गुरमता सानूं पता लगा कि गुरमता की है फिर एक गुरमता करन दा अधिकार किसनूं है। जिवें उपर बयान किया है कि गुरमता केवल गुरु पंथ का चुनिया होया श्रोमणी जथा या गुरु पंथ का प्रतिनिधि इकट्ठ ही कर सकता है। सिख पंथ विचों खारज किए व्यक्तियां तनखाइया सिखा सिख पंथ के विरोधियां जां गैर सिखा नूं गुरमता करन दा अधिकार नहीं सी हुंदा। गुरु पंथ तो बिना किसी होर दा कीता मता सिख पंथ ते लागू नहीं हो सकता। गुरमता करन लई श्री अकाल तख्त साहिब दे जथेदार नूं बेनती करनी हुंदी जो योग जान के सरबत खालसा दा इकट्ठ बुलाउंदा। गुरमते संबंधी कीते जाण वाला ऐलान केवल ते केवल श्री अकाल तख्त साहिब दा जथेदार ही कर सकता है। इत्थे वी गल स्पष्ट करा कि निरना अकाल तख्त दा जथेदार नहीं लैंदा, निरना सरबत खालसा लैंदा है लेकिन जो निरना लिया जांदा है अरदास तो बाद हुक्मनामे तो बाद उस नूं अनाउंस करन दा अधिकार जिहड़ा है वो अकाल तख्त साहिब दे जथेदार कोल है। ये मौजूदा समय अंदर भी जो विगाड़ आया है इसे करके आया है कि सानू उस हाईएस्ट लैवल दे उपर भी सानू इस गल दा पता नहीं है कि गुरमता करन दा अधिकार किस नूं है। तो असीं इत्थे गल नूं स्पष्ट देखिआ फिर असीं देखदे हां कि गुरमता करन दी विधि की है जिहड़ा थर्ड इंपॉर्टेंट पॉइंट है। गुरमता किन्ना सवालां ते हो सकदा है? गुरमता केवल उन्हां सवालां तों ही हो सकता है, नोट करन वाले हन पॉइंट वीर जी, जो सिख धर्म दे मुढले असूलां दी पुष्टि लई होण, अर्थात गुरु साहिबान जां गुरु ग्रंथ साहिब दी पदवी, भीड़ दी निरोलता, अमृत रहत पै, पंथ दी बनावट आदि नूं कायम रखण बाबत। इन्हां विशिआं दे उपर कोई भी सवाल पैदा हुंदा है ते इसनां दे उपर ही केवल गुरमता हो सकता है। और किसी किस्म के सधारण धार्मिक विद्यक समाजिक पोलिटिकल सवाल उत्ते केवल मता हो सकता है, गुरमता नहीं हो सकता। एक गुरमता गुरु पंथ का चुनिया होया केवल श्रोमणी जथा जां गुरु पंथ का प्रतिनिधि ही इकट्ठ ही कर सकता है। तो आस है जिन्हां वीरां ने सवाल पूछा है उन्होंने इसका माकूल जवाब डिटेल मिल गया होगा। विचार करद्या होया अनेक भुलां की खिमा मंगदा होया फतेह बुलाना जी, वाहिगुरु जी का खालसा,
ਵਾਹਿਗੁਰੂ ਜੀ, ਧੰਨਵਾਦ ਵੀਰ ਜੀ। ਆਪ ਜੀ ਨੇ ਗੁਰਮੱਤੇ ਬਾਰੇ ਬਹੁਤ ਵਧੀਆ ਪੁਆਇੰਟ ਜਿਹੜੇ ਨੇ ਉਹ ਸਾਨੂੰ ਦੱਸੇ ਨੇ। ਦੇਖੋ ਸੰਗਤ ਜੀ, ਗੁਰਮੱਤਾ ਇੰਨਾ ਜ਼ਰੂਰੀ ਹੈ, ਹਾਲਾਂਕਿ ਵੀਰ ਜੀ ਨੇ ਜਿਹੜੇ ਕੁਛ ਲਫ਼ਜ਼ ਦੱਸੇ ਨੇ ਉਹਨਾਂ 'ਚੋਂ ਕਈ ਸਾਨੂੰ ਸਾਹਮਣੇ ਝਲਕਾਂ ਆਉਂਦੀਆਂ, ਪਰ ਮੈਂ ਸਮਝਦਾ ਕਿ ਆਮ ਸਿੱਖ ਸੰਗਤ ਲਈ ਅੱਜ ਗੁਰਮੱਤਾ ਜਿਹੜਾ ਇੱਕ ਓਪਰੀ ਜੀ ਗੱਲ ਲੱਗਦੀ ਹੈ, ਕਿਉਂ ਕਦੀ ਕੋਈ ਹੁੰਦਾ ਦਿਸਿਆ ਨਹੀਂ। ਤੋ ਗੁਰਮੱਤੇ ਦੀ ਇੱਕ ਬੇਸ ਜਿਹੜਾ ਹੈ ਉਹ ਇਹ ਹੈ ਕਿ ਸਾਰੀ ਸਿੱਖ ਸੰਗਤ ਇਕੱਠੀ ਰਹੇ, ਕਿਉਂਕਿ ਜਿਵੇਂ ਵੀਰ ਜੀ ਨੇ ਦੱਸਿਆ ਕਿ ਨਿਰਣਾ ਸੰਗਤ ਨੇ ਕਰਨਾ, ਕੋਈ ਇੱਕ ਆਦਮੀ, ਇੱਕ ਮਨੁੱਖ, ਕੋਈ ਅਹੁਦੇਦਾਰ ਜਿਹੜਾ ਉਹਦੇ ਕੋਲ ਕੋਈ ਅਧਿਕਾਰ ਨਹੀਂ ਕਿ ਉਹ ਗੁਰਮੱਤਾ ਜਿਹੜੇ ਜਾਂ ਕੋਈ ਸਿੱਖ ਪੰਥੀ ਜਾਂ ਕੌਮ ਪ੍ਰਤੀ ਕੋਈ ਫੈਸਲਾ ਲੈ ਲਵੇ। ਫੈਸਲਾ ਸੰਗਤ ਨੇ ਲੈਣਾ। ਸੰਗਤ ਨੂੰ ਮਹਾਰਾਜ ਨੇ ਇੰਨੀ ਮਹਿਮਾ ਦਿੱਤੀ ਹੈ, ਜਿਵੇਂ ਮੈਂ ਪਹਿਲੇ ਬੇਨਤੀ ਕੀਤੀ ਹੈ ਕਿ ਵਿੱਚ ਸੰਗਤ ਹਰ ਪਰ ਵਸੇ ਜੀ, ਇਹ ਤਾਂ ਸੰਗਤ ਦੀ ਉਪਮਾ ਜਿਹੜੀ ਹੈ ਸਿੱਖ ਮਤ ਵਿੱਚ ਬਹੁਤ ਜ਼ਿਆਦਾ ਹੈ। ਅਤੇ ਪਰੰਤੂ ਪ੍ਰੈਕਟੀਕਲ ਕੀ ਹੋ ਰਿਹਾ, ਅਸੀਂ ਨਿਗਾਰ ਵੱਲ ਕਿਉਂ ਜਾ ਰਹੇ ਹਾਂ ਕਿ ਸਾਡੇ ਬੜੇ ਬੜੇ ਜਿਹੜੇ ਮਤਲਬ ਕੋਈ ਅਪੁਆਇੰਟਮੈਂਟਸ ਹੁੰਦੀਆਂ ਨੇ ਜਾਂ ਹੋਰ ਹੁੰਦੇ ਨੇ, ਅਤੇ ਉਹ ਮੈਨੂੰ ਖਿਮਾ ਕਰਨਾ, ਆਮ ਤੌਰ 'ਤੇ ਮਤਲਬ ਹੁਣ ਤਾਂ ਗੱਲ ਮਸ਼ਹੂਰ ਹੋ ਗਈ ਹੈ ਵੀ ਲਿਫਾਫੇ 'ਚੋਂ ਨਿਕਲਦੇ ਨੇ। ਅਤੇ ਲਿਫਾਫੇ 'ਚੋਂ ਨਿਕਲਣ ਦਾ ਮਤਲਬ ਵੀ ਕਿਸੇ ਇੱਕ ਵਿਅਕਤੀ ਵੱਲੋਂ ਡਾਇਰੈਕਸ਼ਨ ਦਿੱਤੀ ਜਾਂਦੀ, ਜਿਹੜੀ ਕਿ ਸਾਡੇ ਬੇਸਿਕ ਅਸੂਲਾਂ ਦੇ ਬਿਲਕੁਲ ਖਿਲਾਫ ਹੈ। ਅਤੇ ਗੁਰਮੱਤੇ ਵਿੱਚ ਕਿੰਨੀਆਂ ਸਪਸ਼ਟ ਗੱਲਾਂ ਨੇ, ਔਰ ਸਭ ਤੋਂ ਵਧੀਆ ਗੱਲ ਇਹ ਜਿਹੜੀ ਕਿ ਗੁਰਮੱਤਾ ਕਰਨ ਲੱਗਿਆਂ ਜ਼ਾਤੀ ਭੇਦ ਭਾਵ ਜਿਹੜਾ ਉਹ ਨਹੀਂ ਹੋਣਾ, ਇਹ ਇੱਕ ਬੜੀ ਵੱਡੀ ਗੱਲ ਹੀ ਹੈ। ਇਹ ਤਾਂ ਹੀ ਹੋ ਸਕਦਾ ਬੰਦਾ ਬਹੁਤ ਫਰਾਕ ਦਿਲ ਹੋਵੇ। ਔਰ ਮੈਂ ਸਮਝਿਆ ਜਿਸ ਵੇਲੇ ਅਸੀਂ ਗੁਰਬਾਣੀ ਅਨੁਸਾਰ ਆਪਣਾ ਕਿਰਦਾਰ ਬਣਾਵਾਂਗੇ ਤਾਂ ਸਾਡੇ ਅੰਦਰ ਕੋਈ ਭਿੰਨ ਭੇਤ ਰਹੇਗਾ ਹੀ, ਨਾ ਕੋ ਵੈਰੀ ਨਾ ਹੀ ਬਗਾਨਾ, ਸਗਲ ਸੰਗ ਹਮਕੋ ਬਣਾਏ। ਇਹ ਤੁਕਾਂ ਕੇਵਲ ਪੜ੍ਹਨ ਲਈ ਨਹੀਂ, ਅਪਣਾਉਣ ਲਈ ਨਹੀਂ। ਜਿਸ ਵੇਲੇ ਆਪਾਂ ਇਹਨਾਂ ਤੁਕਾਂ ਨੂੰ ਆਪਣੇ ਜੀਵਨ 'ਚ ਅਪਣਾਵਾਂਗੇ, ਅਤੇ ਉੱਥੇ ਜਿੱਥੇ ਸਾਡਾ ਇੱਕ ਮਾਹੌਲ, ਸਮਾਜਿਕ ਮਾਹੌਲ ਵਧੀਆ ਹੋਏਗਾ, ਮੈਂ ਸਮਝਦਾ ਉੱਥੇ ਜਿਹੜਾ ਵੀ ਮਨੁੱਖ, ਭਾਵੇਂ ਅੱਜ ਵੀ ਸ਼ੁਰੂ ਕਰਕੇ ਦੇਖੇ, ਜਿਹੜਾ ਮਨੁੱਖ ਇਹਨਾਂ ਚੀਜ਼ਾਂ 'ਤੇ ਪਹਿਰਾ ਦਿੰਦਾ ਹੈ ਕਿ ਨਾ ਕੋਈ ਵੈਰੀ ਨਹੀਂ ਬਗਾਨਾ, ਉਹਦਾ ਆਪਣਾ ਜੀਵਨ ਬੜਾ ਸਹਿਜ ਵਿੱਚ, ਸਰਲ ਵਿੱਚ, ਕਿਸੇ 'ਤੇ ਆਸਾਨ ਨਹੀਂ ਹੈ। ਸੋ ਸਤਿਗੁਰੂ ਕਿਰਪਾ ਕਰਨ, ਇਹ ਜਿਹੜੀਆਂ ਸਾਡੀਆਂ ਇੰਨੀਆਂ ਅਤੇ ਅਮੀਰ ਸਾਡੀਆਂ ਰੋਹ ਰੀਤੀਆਂ ਨੇ, ਅਸੀਂ ਇਹਨਾਂ ਨੂੰ ਕਾਇਮ ਰੱਖੀਏ। ਔਰ ਹੁਣ ਤਾਂ ਮੈਨੂੰ ਲੱਗਦਾ ਵੀ ਬੜੀ ਦੇਰ ਹੋ ਗਈ ਹੈ ਕੋਈ ਗੁਰਮੱਤੇ ਦੀ ਗੱਲ ਕੋਈ ਸਾਹਮਣੇ ਆਈ ਨਹੀਂ ਆਈ, ਜੇ ਕਿਤੇ ਕੋਈ ਸ਼ੁਰੂ ਵੀ ਹੋਈ ਸੀ ਤਾਂ ਜਿਹੜੀ ਗੱਲ ਇੱਥੇ ਲਿਖਿਆ ਕਿ ਜਾਤੀ ਭੇਦਭਾਵ ਨਹੀਂ, ਉਹ ਤਾਂ ਸਗੋਂ ਜਾਤੀ ਭੇਦਭਾਵ ਸਾਨੂੰ ਸਾਹਮਣੇ ਦਿਸ ਰਹੀ ਹੈ। ਅਤੇ ਚਾਹੀਦਾ ਤਾਂ ਇਹ ਘੱਟੋ ਘੱਟ ਸਾਲ 'ਚ ਇੱਕ ਵਾਰੀ ਸੰਗਤ ਜੁੜੇ, ਔਰ ਜਿਹੜੇ ਦਰਪੇਸ਼ ਚੁਣੌਤੀਆਂ ਨੇ ਸਿੱਖ ਕੌਮ ਨੂੰ, ਪੰਥ ਨੂੰ, ਉਹਨਾਂ ਬਾਰੇ ਨਿਰਣਾ ਲਵੇ, ਗੁਰਮੱਤਾ ਪਾਸ ਕਰੇ, ਔਰ ਉਹਨੂੰ ਫਿਰ ਜਿਵੇਂ ਵੀਰ ਜੀ ਨੇ ਦੱਸਿਆ, ਜਥੇਦਾਰ ਸਾਹਿਬ ਤਾਂ ਕੇਵਲ ਉਹਨੂੰ ਅਨਾਊਂਸ ਕਰਦੇ ਨੇ, ਸੰਗਤ ਨੇ ਲੈਣਾ। ਸੋ ਸੰਗਤ ਜਿਹੜਾ ਉਹ ਦਰਪੇਸ਼ ਚੁਣੌਤੀਆਂ ਜਿਹੜੀਆਂ ਨੇ ਉਹਨਾਂ 'ਤੇ ਫੈਸਲੇ ਲੈਣ, ਔਰ ਉਹਨਾਂ ਦੇ ਬਾਰੇ ਗੁਰਮੱਤਾ ਜਿਹੜਾ ਉਹ ਅਨਾਊਂਸ ਕੀਤਾ ਜਾਏ, ਲਾਗੂ ਹੋਵੇ, ਅਤੇ ਸੰਗਤ ਫਿਰ ਉਹਨੂੰ ਗੁਰੂ ਦਾ ਮਤਾ ਸਮਝ ਕੇ ਅਪਣਾਵੇ। ਅਗਰ ਇਹਨਾਂ ਚੀਜ਼ਾਂ 'ਤੇ ਅਸੀਂ ਚੱਲਾਂਗੇ, ਔਰ ਜਿੰਨਾ ਚਿਰ ਨਹੀਂ ਚੱਲਾਂਗੇ ਸਾਧ ਸਿੰਘ ਜੀ, ਕੌਮ ਸਾਡੀ ਜਿਹੜੀ ਹੈ ਜਿਸ ਤਰ੍ਹਾਂ ਹੁਣ ਅਸੀਂ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ, ਇਹ ਵੱਧਦੀਆਂ ਜਾਣਗੀਆਂ। ਜਿੰਨਾ ਚਿਰ ਅਸੀਂ ਪਾਏ ਹੋਏ ਸਾਡੇ ਪੁਰਖਿਆਂ ਦੇ ਪੂਰਨੇ ਜਿਹੜੇ ਉਹਨਾਂ 'ਤੇ ਨਹੀਂ ਚੱਲਦੇ, ਆਓ ਯਤਨ ਕਰੀਏ ਕਿ ਅਸੀਂ ਆਪੋ ਆਪਣੇ ਤੌਰ 'ਤੇ, ਕੁਲੈਕਟਿਵ ਤੌਰ 'ਤੇ ਤਾਂ ਕੋਈ ਵੀ ਕਿਸੇ ਦਾ ਕਲੇਮ ਨਹੀਂ ਕਰ ਸਕਦਾ, ਪਰ ਮੈਂ ਆਪਣਾ ਜ਼ਿੰਮੇਵਾਰ ਹਾਂ, ਤੁਸੀਂ ਆਪਣੇ ਜ਼ਿੰਮੇਵਾਰ, ਆਓ ਅਸੀਂ ਆਪੋ ਆਪਣੇ ਤੌਰ 'ਤੇ ਇਹ ਜਿਹੜੇ ਸਾਡੇ ਬੜੇ ਮਾਣ ਮੱਤੇ ਜਿਹੜੀਆਂ ਇਹ ਸਾਡੀਆਂ ਰੋਹ ਰੀਤੀਆਂ ਨੇ ਇਹਨਾਂ ਨੂੰ ਅਸੀਂ ਅਪਣਾਈਏ, ਇਹਨਾਂ 'ਤੇ ਚੱਲੀਏ, ਤਾਂ ਜੇ ਸਾਡੀ ਵੀ ਬਿਹਤਰੀ ਹੋਵੇ, ਸਿੱਖ ਕੌਮ ਦੀ ਬਿਹਤਰੀ ਹੋਵੇ। ਧੰਨਵਾਦ ਤਜਿੰਦਰ ਸਿੰਘ ਜੀ ਇੱਕ ਵਾਰੀ ਫਿਰ।